Non, il y a de la montre. Quand il veut être. Avec mon pain. Il y a de la montre. 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 Hey! Et là, il y a de la montre. Il y a de la montre. Il y a de ਦੇਰੀ ਹੋਣ ਆ ਸੀ ਹੁਣ ਮੈਂ ਅੰਦਰ ਗਈ ਸੀ ਉਦੋਂ ਬਾਅਦ ਵਲੋਗ ਸ਼ੂਟ ਕੀਤਾ ਹੀ ਨਹੀਂ ਟਾਈਮ ਹੀ ਲੱਗਾ ਵਾ ਭੱਜਾ ਭਜਾਰੀ ਪਈ ਰਹੀ ਅਤੇ ਹੁਣ ਇੱਦਾਂ ਹੋਸਪਿਟਲ ਆਏ ਹਾਂ ਰਹਿਮਤ ਭੱਜੀ ਫਿਰਦੀ ਉਦੋਂ ਉੱਧਰ ਬਾਕੀ ਸਾਰੇ ਉੱਪਰ ਬੈਠੇ ਮੈਂ ਥੱਲੇ ਆਇਆ ਥੋੜ੍ਹਾ ਅਤੇ ਤੁਹਾਨੂੰ ਵਿਖਾਉਂਦੇ ਹਾਂ ਕੀ ਹੋਇਆ ਕੀ ਨਹੀਂ ਹੋਇਆ ਮੁੰਡਾ ਆ ਕੁੜੀ ਹੋਈ ਤੁਹਾਨੂੰ ਸਾਰਾ ਕੁਝ ਦੱਸਦੇ ਵਲੋਗ 'ਚ ਬਣੇ ਰਹੋ ਤੁਹਾਨੂੰ ਫੇਸ ਵੀ ਕਲੀਅਰ ਕਰਾਂਗੇ ਅਤੇ ਬਣੇ ਰਹੋ ਵਲੋਗ 'ਚ ਅੱਗੇ ਉੱਪਰ ਜਾ ਕੇ ਵਿਖਾਉਣਾ ਤੁਹਾਨੂੰ ਠੀਕ ਹੈ ਲਓ ਜੀ ਮੈਂ ਆ ਗਿਆ ਰੂਮ 'ਚ ਹੁਣ ਸਾਰੇ ਜਣੇ ਗਏ ਨੇ ਬਸ ਪੂਰਾ ਪਿਆ ਹੁਣ ਥੋੜ੍ਹਾ ਫਰੀ ਹੋਏ ਹਾਂ ਆਪਾਂ ਉੱਧਰ ਪਾਉਣ ਪਈ ਨਵੇਂ ਰਹਿਮਤ ਬਲੂਨ ਫੜ ਕੇ ਬੈਠੀ ਇੱਧਰ ਬੱਚਾ ਪਿਆ ਨਿਊ ਬੋਰਨ ਮੁੰਡਾ ਹੈਗਾ ਕੁੜੀ ਇੱਕ ਗੈਸ ਕਮੈਂਟ ਕਰਕੇ ਜ਼ਰੂਰ ਦੱਸਿਓ ਜ਼ਰੂਰ ਦੱਸਿਓ ਹਾਂਜੀ ਪਈ ਨਵੇਂ ਦਾਦੀ ਬੈਠੀ ਫੋਨ ਕਰਨ ਦੀ ਆਪਣੀ ਮਾਤਾ ਨੂੰ ਗੱਲ ਸੁਣਦਾ ਮਾਤਾ ਨੂੰ ਆਵਾਜ਼ ਨੀ ਸੁਣਦੀ ਪਈ ਮਾਤਾ ਨੂੰ ਦੱਸਣ ਦੀ ਦੱਸਣਾ ਉਹ ਗੱਲ ਹੋਣ ਨੀ ਰਹੀ ਕਲੀਅਰ ਆਈ ਚਲੋ ਬਾਕੀ ਛੁੱਟੀ ਆਪਾਂ ਨੂੰ ਸ਼ਾਇਦ ਕੱਲ੍ਹ ਮਿਲ ਜੇ ਬਾਕੀ ਆਪਾਂ ਤੁਹਾਨੂੰ ਸਾਰਾ ਇਨਫੋਰਮੇਸ਼ਨ ਦਿੰਦੇ ਰਹਾਂਗੇ ਇਸ ਤਰ੍ਹਾਂ ਵਲੋਗ 'ਚ ਬਣੇ ਨੇ ਉਹ ਛੱਡ ਕੇ ਕਿਹੜੇ ਨਹੀਂ ਜਾਣਦੇ ਸਾਰਾ ਦੇ ਆਪਣਾ ਘਰ ਤੱਕ ਕੀ ਮਾਹੌਲ ਵੇਖੋ ਵਲੋਗ ਇਹ ਆਪਣੇ ਵਗੈਰਾ ਵਲੋਗ ਵਹਿੰਦੀ ਰਹਿੰਦੀ ਆ ਵੇਖੋ ਮੋਟਰੀ ਵਾਲਾ ਵਲੋਗ ਚੱਲਦਾ ਪਿਆ ਨਿਕਾਹ ਤੂੰ ਵੇਹਣਾ ਨਾ ਵਲੋਗ ਨਹੀਂ ਆਹ ਵਹਿੰਦੀ ਆਵੇ ਖਾਂਦੀ ਪੱਕੀ ਆਪਣੀ ਹੈਗੀ ਵਲੋਗ ਵੇਖਣੇ ਵੇਖਣੇ ਇਹਨੇ ਲਓ ਜੀ ਮੈਂ ਗਿਆ ਜੀ ਹੁਣ ਮੈਂ ਚੱਲਿਆ ਘਰੇ ਟਾਈਮ 9:30 ਹੋ ਗਏ ਨੇ ਹੁਣ ਮੈਂ ਚੱਲਿਆ ਘਰੇ ਰਹਿਮਤ ਪਹਿਲਾਂ ਚੱਲ ਗਈ ਜੀ ਸਾਡੇ ਮਾਮੂ ਨਾਲ ਆਏ ਅਤੇ ਮੈਂ ਹੁਣ ਚੱਲਿਆ ਮੇਰੀ ਦਾਦੀ ਉੱਥੇ ਆ ਬੱਚੇ ਕੋਲ ਨੇ ਅਤੇ ਬਾਕੀ ਬੱਚੇ ਨੂੰ ਆਪਣੇ ਕੱਲ੍ਹ ਛੁੱਟੀ ਮਿਲ ਜਾਏਗੀ ਅਤੇ ਬਾਕੀ ਆਪਾਂ ਵਲੋਗ ਕਰਾਂਗੇ ਕੱਲ੍ਹ ਕੰਟੀਨਿਊ ਅਤੇ ਹੁਣ ਘਰ ਜਾ ਕੇ ਰੋਟੀ ਪਾਣੀ ਖਾਈਏ ਅਤੇ ਰੈਸਟ ਕਰੀਏ ਅਤੇ ਬਾਕੀ ਹੁਣ ਸਵੇਰੇ ਚੱਲਾਂ ਫਿਰ ਲੈ ਜਾਵਾਂਗੇ ਬੱਚੇ ਨੂੰ ਘਰੇ ਜੋ ਵੀ ਕੁਝ ਹੋਏਗਾ ਤੁਹਾਨੂੰ ਵਿਖਾ ਦਿਆਂਗੇ ਚਲੋ ਠੀਕ ਹੈ ਬਾਕੀ ਹੁਣ ਵਲੋਗ ਸਵੇਰੇ ਕੰਟੀਨਿਊ ਕਰਾਂਗਾ ਲਓ ਜੀ ਗੁੱਡ ਮਾਰਨਿੰਗ ਜੀ ਅਗਲੇ ਦਿਨ ਦੀ ਹੋ ਗਈ ਸਵੇਰ ਤਿੱਤਰ ਚੱਲਦੀਆਂ ਪਈਆਂ ਤਿਆਰੀਆਂ ਰਹਿਮਤ ਬਲੂਨ ਫਲਾਉਣ ਦੀ ਨਾਲ ਲਾ ਦਾਦੀ ਨੂੰ ਰਹਿਮਤ ਲੱਗੀ ਦਾਦੀ ਮਾਰਨ ਦੀ ਗੰਢਾਂ ਨਾਲ ਮੈਂ ਸਿਲਾਈ ਲਾ ਕੇ ਪਈ ਜਾਂਦੀ ਗੰਢਾਂ ਮਾਰੀ ਜਾਂਦੀ ਬਸ ਫਿਰ ਮਾੜੀ ਤਿਆਰੀ ਕਰ ਲਈਏ ਫਿਰ ਆਪਾਂ ਲੈਣ ਜਾਣਾ ਪਰ ਲੈ ਕੇ ਆਉਂਦੇ ਹਾਂ ਫਿਰ ਬੰਦੇ ਧਰਨ ਇਸੇ ਤਰ੍ਹਾਂ ਵਲੋਗ ਜੀ ਬਣਾਏ ਦਿਓ ਉਦੋਂ ਰੰਗ ਦੇਖ ਕੇ ਸ਼ਾਇਦ ਤੁਸੀਂ ਗੈਸ ਲਾ ਲਵੋ
ਕੀ ਹੋਇਆ ਕੀ ਨਹੀਂ ਹੋਇਆ। ਚਲੋ ਲਓ ਜੀ, ਘਰੇ ਥੋੜ੍ਹਾ ਬਹੁਤਾ ਡੈਕੋਰੇਟ ਕਰ ਲਿਆ ਜਿੰਨਾ ਕੁ ਮੇਰੇ ਕੋਲ ਹੋਇਆ ਹੈ, ਅਤੇ ਬਾਕੀ ਹੁਣ ਮੈਂ ਜਾਣਾ ਪਿਆ ਲੈਣ ਮੈਟ ਰਹਿਮਤ ਲੈਵਾਂ ਮੇਰੇ ਨਾਲ ਨਾਲ ਹੀ ਅੱਜ ਕੱਲ੍ਹ ਤੁਹਾਨੂੰ ਪਤਾ ਸ਼ੁਰੂ ਤੋਂ ਮੇਰੇ ਨਾਲ ਹੈਗੀ ਸੀ ਪਹਿਲਾਂ ਹੀ, ਹੁਣ ਹੀ ਮੇਰੇ ਨਾਲ ਮਹਾਂ ਇੰਟਰ ਕਰੀ ਜਾਣੂ, ਮਾਂ ਤੋਂ ਬਿਨਾਂ ਸੌਂਦੀ ਨਹੀਂ ਰਾਤੀ ਨਾਲ ਮਹਾਂ ਕਿਤੇ ਟਕਾਈਦਾ, ਕੱਲ੍ਹ ਤਾਂ ਮਹਾਂ ਹੀ ਗਿਰੇ ਰੋਂਦੀ ਬੜਾ ਹੀ ਚਲੀ, ਮੈਂ ਜਾਣਾ ਹੋਸਪਿਟਲ ਮੰਮਾ ਕੋਲ, ਮਾਂ ਨਹੀਂ ਰਹੀ ਮੇਰੇ ਕੋਲ ਸਜ਼ਾ, ਕੱਲ੍ਹ ਆ ਹੀ ਜਾਣਾ। ਚਲੋ ਹੁਣ ਮੈਂ ਜਾਣਾ ਪਿਆ ਲੈਣ, ਉੱਥੋਂ ਉੱਠ ਜਾ ਕੇ ਤੁਰਨ ਕੇ ਵੀਡੀਓ ਬਣਾਉਂਦੇ ਹਾਂ, ਫਿਰ ਘਰ ਹੁੰਦੇ ਨਹੀਂ ਬਣਾਵਾਂਗੇ ਆਪਾਂ, ਇਹ ਸਾਰਾ ਵਲੋਗ 'ਚ ਬਣੇ ਦਿਓ ਸਾਰੀ ਐਂਟਰੀ ਆਪਾਂ ਕਰਨੀ। ਅਤੇ ਚਲੋ ਚੰਗਾ ਜੀ, ਅਸੀਂ ਬਹਿ ਗਏ ਗੱਡੀ 'ਚ ਅਤੇ ਹੁਣ ਚੱਲਦੇ ਹਾਂ ਅਸੀਂ ਘਰੇ, ਪੂਰਨ ਬਹਿ ਗਏ ਗੱਡੀ 'ਚ ਜੀ, ਰਹਿਮਤ ਖਾਈ ਜਾਂਦੀ ਚਿਪਸ ਪਿੱਛੇ ਬਹਿ ਗਏ, ਚਲੋ ਚੱਲਦੇ ਘਰੇ ਘਰੇ ਚੱਲਦੇ ਤੁਰੀਆ ਜੀ ਆ ਗਏ ਜੀ, ਬੜੀ ਭੱਗੀ ਆ ਗਈ ਜੀ, ਤੂੰ ਮਰੀ ਜਾ ਮੈਨੂੰ ਆਉਂਦੇ ਸਾਰੇ ਲਓ ਜੀ। ਚਲੋ ਜੀ ਵੈਲਕਮ ਲਓ ਜੀ, ਏਦਾਂ ਦਵਾਈਆਂ ਦਵਾਈਆਂ ਸਮੇਂ ਜਾ ਰਹੀਆਂ ਨੇ, ਬੈਠੀ ਮੈਂ ਥੋੜਾ ਦਵਾਈਆਂ ਦਾ ਰੱਖ ਦੇ ਬੱਚਾ ਚਾਹੀਦੀਆਂ ਵਾ ਸੁੱਤਾ, ਤੇ ਮੈਂ ਸੁਣਿਓ ਮੈਂ ਜਿਹੜੀਆਂ ਚਾਹੀਦੀਆਂ ਉਹ ਸਾਹਮਣੇ ਰੱਖ ਲਾਂ, ਜਿਹੜੀਆਂ ਕਿਤੇ ਕਿਤੇ ਆ ਉਹ ਤੁਹਾਨੂੰ ਦੇ ਦੇਣੀ, ਕਿਤੇ ਉਹ ਰੱਖ ਲਾਂ ਹਾਂ। ਤੇ ਰਹਿਮਤ ਆਰਡਰ ਵੇਖੋ ਖਾਈਏ ਵੀ ਬੱਚਾ ਚੁੱਕ ਕੇ ਸਾਈਕਲ ਚਲਾਉਂਦੀ, ਵੇਖੋ ਕਿੰਨਾ ਵਿਚਾਰੀ ਮਿਹਨਤ ਕਰਦੀ, ਟੋਕਰੀ ਤਿਆਰ ਹੋ ਗਈ, ਚਲੋ ਬਸ ਬੈਠੇ ਰੈਸਟ ਕਰ ਰਹੇ ਘਰ ਆ ਗਏ, ਅੱਜ ਥੋੜੀ ਨੀਂਦ ਪੂਰੀ ਕੀਤੀ ਆਪਾਂ, ਕਮਰਾ ਥੋੜਾ ਬੜਾ ਪਾਸ ਜਾਇਆ, ਟਾਈਮ ਹੀ ਨਹੀਂ ਹੈਗਾ, ਇਕੱਲਾ ਬੰਦਾ ਮੈਂ ਕੀ ਕਰਾਂ, ਸਾਰਾ ਹੀ ਜ਼ਿੰਮੇਵਾਰੀਆਂ ਮੇਰੇ ਸਿਰ 'ਤੇ, ਹੋਸਪਿਟਲ ਵੀ ਸਾਂਭਣਾ ਘਰੇ ਵੀ ਸਾਂਭਣਾ, ਚਲੋ ਕੋਈ ਗੱਲ ਚੱਲਦਾ ਹੀ ਰਹਿਣਾ, ਚਲੋ ਮਿਲਦੇ ਆਪਾਂ ਤੁਹਾਨੂੰ ਬ੍ਰੇਕ। ਲਓ ਗੁੱਡ ਮੋਰਨਿੰਗ ਜੀ, ਲਓ ਜੀ ਅਗਲੇ ਦਿਨ ਜੀ ਹੋ ਗਏ ਸਵੇਰ, ਅੱਜ ਹੀ ਆਪਣੇ ਬੱਚੇ ਦਾ ਫਸਟ ਬਾਥ, ਬੱਚਾ ਤਿਆਰ ਹੈ ਅਤੇ
ਇੱਧਰ ਆਪਾਂ ਸਾਬਣ ਵਰਤਣ ਲੱਗੇ ਮਾਮਾ ਅਰਥ ਮਾਮਾ ਅਰਥ ਦਾ ਇਹਨਾਂ ਆਪਾਂ ਫਸਟ ਬਾਥ ਕਰਾਵਾਂਗੇ ਪੂਰਮ ਰੈਡੀ ਬਾਥ ਕਰਾਉਣ ਲਈ ਅਤੇ ਮੈਂ ਪਹਿਲੇ ਤਿਆਰੀ ਕਰ ਲਾ ਪਾਣੀ ਥੋੜਾ ਜਿਹਾ ਲਿਆ ਕੋਸਾ ਜਿਹਾ ਖਾ ਸਕਦੇ ਚਲੋ ਕਰ ਲਈ ਥੋੜੀ ਤਿਆਰੀ।